ਸਵਾਗਤ ਆ ਜੀ ਤੁਹਾਡਾ ਤਲਵੰਡੀ ਸਾਬੋ ਖਬਰ 'ਤੇ। ਅੱਜ ਇੱਕ ਵੱਖਰੀ ਖਬਰ ਲੈ ਕੇ ਆਏ ਹਾਂ। ਅਕਸਰ ਤੁਸੀਂ ਪੁਲਿਸ ਦੀਆਂ ਵੱਖਰੀਆਂ ਵੱਖਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਚੈਨਲਾਂ 'ਤੇ ਦੇਖਦੇ ਹੋ, ਪਰ ਅੱਜ ਇੱਕ ਤੁਹਾਨੂੰ ਇੱਕ ਵੱਖਰੀ ਤਸਵੀਰ ਆ ਜਿਹੜੀ ਪੁਲਿਸ ਦੀ ਦਿਖਾਉਣ ਜਾ ਰਹੇ ਹਾਂ ਕਿ ਪੁਲਿਸ ਜਿੱਥੇ ਕ੍ਰਾਈਮ ਨੂੰ ਕੰਟਰੋਲ ਕਰਦੀ ਹੈ ਜਾਂ ਮਾੜੇ ਅੰਸਰਾਂ ਖਿਲਾਫ਼ ਕਾਰਵਾਈ ਕਰਦੀ ਹੈ, ਉੱਥੇ ਹੀ ਰਹਿਮ ਦਿਲ ਵੀ ਹੈ ਕਿਤੇ ਨਾ ਕਿਤੇ। ਅੱਜ ਤਸਵੀਰ ਉਸ ਸਮੇਂ ਨਿਕਲ ਕੇ ਸਾਹਮਣੇ ਆਈ ਜਦੋਂ ਰਾਤ ਸਮੇਂ ਕੁਝ ਲੋਕਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ, ਪਰ ਉਹਨਾਂ ਦੇ ਪਿੱਛੋਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਰਕੇ ਉਹਨਾਂ ਦੇ ਪਸ਼ੂ ਡੰਗਰ ਆ ਜਿਹੜੇ ਭੁੱਖੇ ਸੀ। ਪਰ ਜਦੋਂ ਇਸ ਘਟਨਾ ਦਾ ਜਾਇਜ਼ਾ ਲੈਣ ਲਈ DSP ਰਜੇਸ਼ ਸਨੇਹੀ ਪੁਲਿਸ ਪਾਰਟੀ ਸਮੇਤ ਪੁੱਜੇ ਤਾਂ ਉਹਨਾਂ ਨੇ ਘਟਨਾ ਦਾ ਜਿੱਥੇ ਜਾਇਜ਼ਾ ਲਿਆ ਉੱਥੇ ਹੀ ਦੇਖਿਆ ਕਿ ਜੋ ਪੀੜਤ ਨੇ ਉਹਨਾਂ ਦੇ ਪਸ਼ੂ ਡੰਗਰ ਨੇ ਜੋ ਭੁੱਖੇ ਖੜ੍ਹੇ ਨੇ, ਭੁੱਖੇ ਧਿਆਏ ਖੜ੍ਹੇ ਨੇ, ਅਤੇ ਉਹਨਾਂ ਨੇ ਇੱਕ ਇਨਸਾਨੀਅਤ ਦਿਖਾਉਂਦੇ ਹੋਏ ਜਿੱਥੇ ਪਿੰਡ ਦੇ ਚੌਂਕੀਦਾਰ ਨੂੰ ਆਪਣੀ ਜੇਬ 'ਚੋਂ ਨਕਦੀ ਦੇ ਕੇ ਸਮੁੱਚੇ ਪਸ਼ੂਆਂ ਕੁੱਤਿਆਂ ਅਤੇ ਜੋ ਵੀ ਹੈਗੇ ਸੀ ਉਹਨਾਂ ਦੇ ਘਰ ਉਹਨਾਂ ਨੂੰ ਰੋਟੀ ਪਾਉਣ ਲਈ ਪੈਸੇ ਦਿੱਤੇ। ਉੱਥੇ ਹੀ ਜੋ ਹਰਾ ਉੱਥੇ ਪਿਆ ਸੀ ਉਹਨਾਂ ਨੂੰ ਹਰਾ ਵੀ ਪਾਇਆ। ਤਸਵੀਰਾਂ ਦੇਖ ਸਕਦੇ ਹੋ ਕਿ ਇਹ ਸਮੁੱਚਾ ਜਿਹੜਾ ਤਸਵੀਰਾਂ ਨੇ ਇਹ ਪਿੰਡ ਤਿਉਣਾ ਦੀਆਂ ਨੇ, ਜੋ ਪੁਲਿਸ ਮੁਲਾਜ਼ਮ ਨੇ DSP ਖੁਦ ਨੇ ਜਿਹੜੇ ਪਸ਼ੂਆਂ ਨੂੰ ਹਰਾ ਪਾਉਂਦੇ ਇੱਥੇ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਰਹਿਮ ਦਿਲੀ ਹੈ ਜਿਹੜੀ ਇੱਥੇ ਪੁਲਿਸ ਦੀ ਨਜ਼ਰ ਆ ਰਹੀ ਹੈ। ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਲੋ DSP ਸਾਹਿਬ ਤੋਂ ਵੀ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਸ ਮਾਮਲੇ ਬਾਰੇ। ਕਤਲ ਹੋਇਆ ਤੁਸੀਂ ਉਹਦਾ ਮੌਕਾ ਵੀ ਦੇਖਣ ਗਏ ਹੋ ਅਤੇ ਤਸਵੀਰਾਂ 'ਚ ਵੀਡੀਓ ਆਈਆਂ ਨੇ, ਤੁਸੀਂ ਉੱਥੇ ਪਸ਼ੂਆਂ ਨੂੰ ਹਰਾ ਵੀ ਪਾਇਆ ਹੈਗਾ। ਇਹ ਤਸਵੀਰ ਪੁਲਿਸ ਦੀ ਇੱਕ ਵੱਖਰੀ ਦੇਖਣ ਨੂੰ ਮਿਲਦੀ ਹੈਗੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹਦੇ ਵਿੱਚ ਇਹ ਹੈ ਜਿੱਥੇ ਵਾਰਦਾਤ ਹੋਈ ਹੈਗੀ ਹੈ ਉੱਥੇ ਅਸੀਂ ਜਦੋਂ ਮੌਕਾ ਦੇਖਣ ਗਏ ਸੀਗੇ ਸਾਰੇ ਜਣੇ, ਅਤੇ ਉੱਥੇ ਮੈਂ ਦੇਖਿਆ ਵੀ ਘਰ ਦੇ ਵਿੱਚ ਜਿਹੜੇ ਹੈਗੇ ਹੈ ਮਤਲਬ ਜਿੰਦਰੇ ਲੱਗੇ ਹੋਏ ਸੀਗੇ ਅਤੇ ਕੋਈ ਵੀ ਘਰ ਜਿਹੜਾ ਹੈਗਾ ਮੌਜੂਦ ਨਹੀਂ ਸੀ, ਅਤੇ ਇੱਕ ਵੱਖਰੀ ਢਾਣੀ 'ਤੇ ਇਹਨਾਂ ਦਾ ਘਰ ਸੀਗਾ ਅਤੇ ਉੱਥੇ ਜਾਨਵਰ ਜਿਹੜੇ ਖੜ੍ਹੇ ਸੀਗੇ ਉਹ ਭੁੱਖੇ ਪਿਆਏ ਜਿਹੜੇ ਹੈਗੇ ਆ ਰਾਤ ਦੇ ਉੱਥੇ ਸੀਗੇ, ਅਤੇ ਉਹਦੇ 'ਤੇ ਫਿਰ ਅਸੀਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਮਤਲਬ ਜਾਨਵਰਾਂ ਦੀ ਭੁੱਖ ਨੂੰ ਦੇਖਦੇ ਹੋਏ ਵੀ ਉਹ ਭੁੱਖੇ ਪੈਸੇ ਆ, ਅਤੇ ਫਿਰ ਅਸੀਂ ਉੱਥੇ ਜਿਹੜਾ ਹੈਗਾ ਚਾਰਾ ਪਿਆ ਸੀਗਾ ਅਤੇ ਉਹ ਡੋਗਸ ਵਗੈਰਾ ਵੀ ਉੱਥੇ ਜਿਹੜੇ ਹੈਗੇ ਆ ਭੁੱਖੇ ਸੀਗੇ ਅਤੇ ਉਹਨਾਂ ਨੂੰ ਵੀ ਖਾਣਾ ਵਗੈਰਾ ਜਿਹੜਾ ਹੈਗਾ ਉੱਥੇ ਪਾਇਆ ਹੈ। ਹਾਂ ਉੱਥੇ ਡਿਊਟੀ ਇੱਕ ਜਿਹੜਾ ਹੈਗਾ ਚੌਕੀਦਾਰ ਦੀ ਲਾਈ ਹੈ, ਇੱਕ ਆਪਣਾ ਮੁਲਾਜ਼ਮ ਛੱਡਿਆ ਉੱਥੇ ਅਸੀਂ ਮੌਕੇ ਦੀ ਸੰਭਾਲ ਲਈ, ਅਤੇ ਉੱਥੇ ਇੱਕ ਚੌਕੀਦਾਰ ਨੂੰ ਵੀ ਕਿਹਾ ਹੈਗਾ ਵੀ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਖਾਣਾ ਵਗੈਰਾ ਲਿਆ ਕੇ ਜਿਹੜਾ ਹੈਗਾ ਉਹ ਖਵਾਇਆ ਜਾਵੇ।